ਜਿੱਥੇ ਭਾਰਤ ਵਿੱਚ ਨਵੇਂ ਕਾਨੂੰਨਾਂ ਦੇ ਨਾਲ ਭਾਈਚਾਰਕ ਸਾਂਝ ਵਿੱਚ ਤ੍ਰੇੜਾਂ ਪਾਉਣ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਖਾਸ ਕਰ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੇ ਮੋਗਾ ਦੇ ਪਿੰਡ ਮਾਛੀਕੇ ਦੇ ਇੱਕ ਸਿੱਖ ਪਰਿਵਾਰ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦਰਅਸਲ ਮੋਗਾ ਬਰਨਾਲਾ ਰੋਡ ਤੇ ਪਿੰਡ ਮਾਛੀਕੇ ਦੀ ਤਕਰੀਬਨ 250 ਸਾਲ ਪੁਰਾਣੀ ਮਸਜਿਦ ਚਾਰ ਮਾਰਗੀ ਨਵੀਂ ਸੜਕ ਵਿੱਚ ਆਉਣ ਕਾਰਨ ਹਟਾ ਦਿੱਤੀ ਗਈ ਸੀ, ਜਿਸ ਨਾਲ ਮੁਸਲਿਮ ਭਾਈਚਾਰਾ ਨਮਾਜ਼ ਅਦਾ ਕਰਨ ਤੋਂ ਵਾਂਝਾ ਹੋ ਗਿਆ। ਨਿਰਾਸ਼ਾ ਦੇ ਆਲਮ 'ਚ ਡੁੱਬੇ ਮੁਸਲਿਮ ਭਾਈਚਾਰੇ ਨੇ ਪ੍ਰਸ਼ਾਸਨ ਤੱਕ ਗੁਹਾਰ ਲਗਾਈ ਪਰ ਕਿਸੇ ਨੇ ਬਾਹ ਨਾ ਫੜੀ, ਜਿਸ ਤੋਂ ਬਾਅਦ ਪਿੰਡ ਮਾਛੀਕੇ ਦੇ ਇੱਕ ਸਿੱਖ ਪਰਿਵਾਰ ਨੇ ਆਪਣੀ 16 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਕਰ ਦਿੱਤੀ, ਜਿਸ ਨਾਲ ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਆ ਜਿਹੜੀ ਜਗ੍ਹਾ 'ਚ ਅਸੀਂ ਜਨਾਬ ਖੜ੍ਹੇ ਹੈ, ਇਹ ਜਗ੍ਹਾ ਇੱਕ ਸਿੱਖ ਪਰਿਵਾਰ ਵੱਲੋਂ ਸਵਰਗਵਾਸੀ ਸਰਦਾਰ ਬੂਟਾ ਸਿੰਘ, ਉਹਨਾਂ ਦੇ ਵੱਡੇ ਬੇਟੇ ਸਾਬਕਾ ਸਰਪੰਚ ਸਰਦਾਰ ਭਗਵਾਨ ਸਿੰਘ ਜੀ ਅਤੇ ਬਖਸੀਰ ਸਿੰਘ ਜੀ, ਸੇਖੋ ਪਰਿਵਾਰ, ਇਹਨਾਂ ਨੂੰ ਸਾਡੇ ਪਿੰਡ ਦੇ ਵਿੱਚ ਭੋਸਲੇ ਪਰਿਵਾਰ ਵੀ ਕਿਹਾ ਜਾਂਦਾ, ਇਸ ਪਰਿਵਾਰ ਵੱਲੋਂ ਐਡਾ ਵੱਡਾ ਦਾਨ ਕੀਤਾ ਗਿਆ ਸਾਡੀ ਮਸਜਿਦ ਅਤੇ ਧਰਮਸਥਾਨ ਲਈ ਮੁਸਲਮਾਨ ਭਾਈਚਾਰੇ ਨੂੰ ਇਹ ਜਗ੍ਹਾ 16 ਮਰਲੇ ਦਾਨ ਵਿੱਚ ਦਿੱਤੀ ਗਈ ਹੈ। ਸਾਡੇ ਪਿੰਡ ਦੀ ਆਬਾਦੀ ਦੇ ਵਿੱਚ ਤਕਰੀਬਨ ਸਾਡੇ 15-20 ਪਰਿਵਾਰ ਰਹਿ ਰਹੇ ਆ, ਜਿਨ੍ਹਾਂ ਦੀ ਕੁੱਲ ਮਤਲਬ ਨਫਰੀ 100-125 ਜੀ ਦੀ ਅਨੁਸਾਰ ਗਿਣਤੀ ਦੇ ਮੁਤਾਬਕ ਰਹਿ ਰਹੇ ਹਾਂ। ਜਿਹੜੀ ਪਹਿਲਾਂ ਤੁਹਾਡੀ ਮਸਜਿਦ ਆ ਉਹ ਕਿੱਥੇ ਸੀ? ਜਿਹੜੀ ਸਾਡੀ ਸਰਾਬ ਪਹਿਲਾਂ ਮਸਜਿਦ ਸੀ ਉਹ 71 ਨੰਬਰ ਹਾਈਵੇ ਦੇ ਵਿੱਚ ਆ ਗਈ, ਬੱਸ ਸਟੈਂਡ ਵੱਡੇ ਦੇ ਉੱਤੇ ਮੋਗਾ ਬਰਨਾਲਾ ਰੋਡ 'ਤੇ। ਉਹ ਮੋਗਾ ਬਰਨਾਲਾ ਰੋਡ 'ਤੇ ਆਉਣ ਦੇ ਕਾਰਨ ਅਸੀਂ ਪਿੰਡ ਮੂਹਰੇ ਫਰਿਆਦ ਕਰਦੇ ਰਹੇ ਹਾਂ ਘੱਟ ਤੋਂ ਘੱਟ ਕੋਈ 8-10 ਸਾਲ ਤੋਂ, ਵੀ ਸਾਨੂੰ ਪਿੰਡ ਪੱਧਰ 'ਤੇ ਪੰਚਾਇਤ ਕਿਤੋਂ ਵੀ ਮਤਾ ਪਾ ਕੇ ਸਾਨੂੰ ਮਸਜਿਦ ਲਈ ਯੋਗ ਜਗ੍ਹਾ ਆਪਦਾ ਮਤਾ ਪਾ ਕੇ ਸਾਨੂੰ ਦਿੱਤੀ ਜਾਵੇ। ਉਹ ਅੱਜ ਉਸ ਗੱਲ ਨੂੰ ਪੰਚਾਇਤ ਵੱਲੋਂ ਤਾਂ ਨਹੀਂ ਜਗ੍ਹਾ ਮਿਲ ਸਕੀ, ਇਸ ਪਰਿਵਾਰ ਨੇ ਐਡਾ ਵੱਡਾ ਮਨ ਬਣਾਇਆ, ਐਡਾ ਵੱਡਾ ਦਾਨ ਕੀਤਾ, ਇਹਨਾਂ ਦੀ ਸਾਰੇ ਪਰਿਵਾਰ ਦੀ ਜਗ੍ਹਾ ਸਾਂਝੀ ਆਪਦੇ ਕੋਟੇ 'ਚੋਂ ਪਈ ਸੀ, ਉਹ ਜਗ੍ਹਾ ਸਾਨੂੰ ਮਸੀਤ ਔਰ ਧਰਮਸਥਾਨਾਂ ਦੇ ਲਈ ਸਾਨੂੰ ਦਾਨ ਦਿੱਤੀ ਗਈ ਹੈ। ਸਿੱਖ ਮੁਸਲਿਮ ਭਾਈਚਾਰੇ ਦੀ ਸਾਂਝ ਇੱਕ ਸਾਹਮਣੇ ਆਈ ਹੈ ਵੀ ਇੱਕ ਸਿੱਖ ਪਰਿਵਾਰ ਵੱਲੋਂ ਤੁਹਾਨੂੰ ਮੁਸਲਿਮ ਭਾਈਚਾਰੇ ਨੂੰ ਜਗ੍ਹਾ ਦਿੱਤੀ ਗਈ ਹੈ ਮਸਜਿਦ ਵਾਸਤੇ, ਹਾਂਜੀ ਕਿਵੇਂ ਦੇਖਦੇ ਹੋ? ਇਹ ਜਨਾਬ ਸਾਡੇ ਪਿੰਡ ਦੇ ਵਿੱਚ ਜਿੰਨਾ ਸਾਡਾ ਪਿੰਡ ਹੈ ਘੱਟੋ ਘੱਟ ਤਕਰੀਬਨ ਨਵਾਂ ਅਤੇ ਪੁਰਾਣਾ ਮਾਛੀਕੇ ਪਾ ਕੇ 1400 ਦੇੜੀ ਦੇ ਕਰੀਬ ਹੈ। ਸਾਡੇ ਪਰਿਵਾਰਾਂ ਦਾ, ਸਾਡੇ ਸਿੱਖ ਭਾਈਚਾਰੇ ਨਾਲ, ਜੋ ਹਿੰਦੂ ਭਾਈਚਾਰਾ ਵਿੱਚ ਜਿੰਨੀਆਂ ਵੀ ਕੈਟਾਗਰੀਆਂ ਵੱਸ ਗਈਆਂ ਨੇ, ਸਾਡਾ ਆਪਸ ਵਿੱਚ ਪ੍ਰੇਮ ਪਿਆਰ ਬਹੁਤ ਤਕੜਾ ਹੈ। ਉਸੇ ਪ੍ਰੇਮ ਪਿਆਰ ਦੀ ਜਗ੍ਹਾ ਦੇ ਨਾਲ, ਵਜ੍ਹਾ ਦੇ ਨਾਲ ਇਹ ਜੋ ਜਗ੍ਹਾ ਹੈ ਇਸ ਪਰਿਵਾਰ ਨੇ ਸਾਨੂੰ ਦਾਨ ਵਿੱਚ ਦੇ ਦਿੱਤੀ ਹੈ। ਉਧਰ ਦਾਨੀ ਪਰਿਵਾਰ ਦਾ ਕਹਿਣਾ ਹੈ ਕਿ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਨੂੰ ਸਮਾਜ ਵਿੱਚ ਵਿਚਰਨਾ ਚਾਹੀਦਾ ਤੇ ਇਸੇ ਸੋਚ ਦੇ ਨਾਲ ਉਹਨਾਂ ਨੇ ਆਪਣੀ ਜ਼ਮੀਨ ਮਸਜਿਦ ਲਈ ਦਾਨ ਕੀਤੀ ਹੈ। ਸਵਾਬੇ ਹੈ ਜੀ, ਇਹਨਾਂ ਦੀ ਜਗ੍ਹਾ ਉੱਥੇ ਮਸੀਤ ਬਣੀ ਵੀ ਸੀਗੀ ਵੱਡੇ ਰੋਡ 'ਤੇ, ਉਹ ਰੋਡ ਨਿਕਲਣੇ ਕਾਰਨ ਇਹਨਾਂ ਦੀ ਜਗ੍ਹਾ ਵਿੱਚ ਆ ਗਈ। ਉਸ ਤੋਂ ਬਾਅਦ ਇਹਨਾਂ ਨੂੰ ਦਿੱਕਤ ਸੀਗੀ, ਇਹਨੇ ਜਾ ਨਹੀਂ ਸੀ ਸਕਦੇ ਉੱਥੇ, ਉਹਨੂੰ ਅਸੀਂ ਮੁੱਖ ਰੱਖਦੇ ਹੋਏ ਸਾਡੀ ਇਹ ਜਗ੍ਹਾ ਪਈ ਸੀਗੀ, ਅਸੀਂ ਇਹਨਾਂ ਨੂੰ ਦਾਨ ਦੇ ਰੂਪ 'ਚ ਦਿੱਤੀ ਹੈ। ਜੀ, ਕਿੰਨੀ ਜਗ੍ਹਾ ਦਾਨ ਕੀਤੀ ਹੈ? ਇਹ 16 ਮਰਲੇ ਜਗ੍ਹਾ ਜੀ। ਅੱਛਾ, ਹੋਰ ਕੀ ਇਹਦੇ ਵਿੱਚ ਮਿੱਟੀ ਵਗੈਰਾ ਵੀ ਤੁਸੀਂ, ਮੈਨੂੰ ਪਤਾ ਲੱਗਾ ਵੀ ਪਿੰਡ ਵਾਸੀਆਂ ਨੇ ਹੀ ਪਾ ਕੇ ਦਿੱਤੀ? ਹਾਂਜੀ, ਮਿੱਟੀ ਸਾਡੀ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ, ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਇੱਥੇ ਮਿੱਟੀ ਪਾਈ ਗਈ। ਅੱਛਾ ਜੀ, ਮੰਨਦੇ ਹੋਏ ਭਾਈਚਾਰਕ ਜਿਹੜੀ ਸਾਂਝ ਆ ਉਹ ਇਹਦੇ ਨਾਲ ਮਜ਼ਬੂਤ ਹੋਏਗੀ? ਹਾਂਜੀ ਹਾਂਜੀ, ਭਾਈਚਾਰਕ ਸਾਂਝ ਬਹੁਤ ਵਧੂਗੀ ਜੀ। ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀ ਭਾਈਚਾਰਕ ਸਾਂਝ ਹੈ, ਹਰ ਇੱਕ ਧਰਮ ਦੇ ਇੱਥੇ ਬੰਦੇ ਰਹਿੰਦੇ ਹੈਗੇ ਅਤੇ ਸਾਰੇ ਧਰਮਾਂ ਦੇ ਸਾਡਾ ਆਪਸ ਵਿੱਚ ਬਹੁਤ ਪਿਆਰ ਹੈ। ਜੀ, ਹੋਰ ਕੀ ਕਹੋਗੇ ਸ਼ੁਭ ਅਵਸਰ 'ਤੇ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਹੈ? ਅਸੀਂ ਤਾਂ ਇਹੀ ਕਹਾਂਗੇ ਜੀ ਵੀ ਸਾਨੂੰ ਸਾਰੇ ਪਰਿਵਾਰਾਂ ਨੂੰ, ਸਾਰੇ ਜਿਹੜੇ ਆਪਣੀ ਜਾਤ ਪਾਤ ਖਤਮ ਕਰਕੇ ਸਾਨੂੰ ਇਕਮੁੱਠ ਹੋ ਕੇ ਇੱਥੇ ਰਹਿਣਾ ਚਾਹੀਦਾ ਜੀ। ਜਾਤ ਪਾਤ ਸਾਨੂੰ ਰੱਖਣੀ ਨਹੀਂ ਚਾਹੀਦੀ, ਜਾਤ ਪਾਤ ਨੂੰ ਭੁਲਾ ਕੇ ਸਾਨੂੰ ਇੱਥੇ ਇਕੱਠੇ ਰਹਿਣਾ ਚਾਹੀਦਾ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਦੇ ਧਿਆਨ ਵਿੱਚ ਆਇਆ ਤਾਂ ਕੈਪਟਨ ਨੇ ਵੀ ਇਸ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਬਹੁਤ ਸੋਹਣੀ ਅਤੇ ਸ਼ਲਾਘਾ ਵਾਲੀ ਗੱਲ ਹੈ ਜਿਸ ਨੇ ਮੇਰਾ ਮਨ ਖੁਸ਼ ਕਰ ਦਿੱਤਾ। ਮੋਗਾ ਦੇ ਪਿੰਡ ਮਾਛੀਕੇ ਵਿੱਚ ਦਰਸ਼ਨ ਸਿੰਘ ਨੇ ਮੁਸਲਿਮ ਭਾਈਚਾਰੇ ਦੀ ਮਸਜਿਦ ਲਈ ਆਪਣੀ 16 ਮਰਲੇ ਜ਼ਮੀਨ ਦਾਨ ਕਰ ਦਿੱਤੀ। ਸਾਡਾ ਆਪਸੀ ਪਿਆਰ ਹੀ ਸਾਡੀ ਅਸਲੀ ਤਾਕਤ ਹੈ। ਇਸ ਤਰ੍ਹਾਂ ਦੀਆਂ ਖਬਰਾਂ ਮਨ ਖੁਸ਼ ਕਰ ਦਿੰਦੀਆਂ ਨੇ ਅਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੀਆਂ ਨੇ। ਸੋ ਜੋ ਕੰਮ ਸਰਕਾਰਾਂ ਵੀ ਨਾ ਕਰ ਸਕੀਆਂ ਉਹ ਦਰਸ਼ਨ ਸਿੰਘ ਨੇ ਕਰ ਦਿੱਤਾ। ਲੋੜ ਹੈ ਕਿ ਸਾਨੂੰ ਵੀ ਜਾਤ ਪਾਤ ਅਤੇ ਧਾਰਮਿਕ ਵਖਰੇਵੇਂ ਤੋਂ ਉੱਤੇ ਉੱਠ ਕੇ ਇਨਸਾਨ ਬਣਨ ਦੀ, ਤਾਂ ਜੋ ਦੁਨੀਆ 'ਤੇ ਆਉਣਾ ਸਫਲ ਹੋ ਸਕੇ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, T5 ਚੈਨਲ ਪੰਜਾਬੀ। T5 ਚੈਨਲ ਪੰਜਾਬੀ।
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।